ਗਾਇਕੀ ਅਤੇ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲਾ ਉਹ ਪੰਜਾਬੀ ਨਾਮ ਹੈ ਜੋ ਪੰਜਾਬੀ ਫਿਲਮ ਇੰਡਸਟਰੀ ਵਿੱਚ ਨਿੱਕਾ ਜੈਲਦਾਰ ਵੀ ਆਖਿਆ ਜਾਂਦਾ ਹੈ। ਐਮੀ ਵਿਰਕ ਅੱਜ ਕੱਲ੍ਹ ਆਪਣੇ ਬਾਲੀਵੁੱਡ 'ਚ ਐਂਟਰੀ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ। ਇਹ ਖਬਰ ਤਾਂ ਕਾਫ਼ੀ ਚਿਰ ਤੋਂ ਪੰਜਾਬੀ ਫਿਲਮ ਜਗਤ ਵਿੱਚ ਉੱਡੀ ਹੋਈ ਸੀ ਕਿ ਐਮੀ ਵਿਰਕ ਜਲਦ ਹੀ ਬਾਲੀਵੁੱਡ ਵਿੱਚ ਐਂਟਰੀ ਮਾਰਨ ਜਾ ਰਹੇ ਹਨ, ਪਰ ਇਹ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਉਹ ਕਿਸ ਫਿਲਮ ਵਿੱਚ ਮੁੰਬਈ ਇੰਡਸਟਰੀ ਜੁਆਇਨ ਕਰ ਰਹੇ ਹਨ। ਚਲੋ ਆਓ ਤੁਹਾਨੂੰ ਦੱਸ ਦਈਏ ਆਖਿਰ ਕਿਸ ਫਿਲਮ ਵਿੱਚ ਉਹਨਾਂ ਨੇ ਐਂਟਰੀ ਕੀਤੀ ਹੈ। ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੇ ਲਿਖਿਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਭ ਤੋਂ ਪਹਿਲਾਂ ਸਾਰਿਆਂ ਦਾ ਥੈਂਕ ਯੂ ਕਿ ਤੁਸੀਂ ਇੰਨਾ ਪਿਆਰ ਦਿੱਤਾ ਐਂਡ ਆਈ ਐਮ ਗੋਇੰਗ ਟੂ ਡੈਬੀ ਇਨ ਬਾਲੀਵੁੱਡ, ਥੈਂਕ ਯੂ ਸੋ ਮਚ, ਸ਼ੁਕਰ ਹੈ ਵਾਹਿਗੁਰੂ ਦਾ। ਤੁਹਾਨੂੰ ਦੱਸ ਦਈਏ ਐਮੀ ਵਿਰਕ 1983 ਵਿੱਚ ਭਾਰਤ ਵੱਲੋਂ ਜਿੱਤੇ ਪਹਿਲੇ ਕ੍ਰਿਕਟ ਵਰਲਡ ਕੱਪ 'ਤੇ ਬਣ ਰਹੀ ਫਿਲਮ ਵਿੱਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਐਮੀ ਵਿਰਕ ਉਸ ਵਕਤ ਕ੍ਰਿਕਟ ਟੀਮ ਦੇ ਬਲਵਿੰਦਰ ਸਿੰਘ ਸੰਧੂ ਦਾ ਰੋਲ ਨਿਭਾਉਣ ਜਾ ਰਹੇ ਹਨ। ਇੰਨਾ ਹੀ ਨਹੀਂ, ਐਮੀ ਵਿਰਕ ਬਾਲੀਵੁੱਡ ਦੇ ਰਣਵੀਰ ਸਿੰਘ ਜੋ ਕਿ ਕਪਿਲ ਦੇਵ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਫਿਲਮ ਨੂੰ ਨਿਰਦੇਸ਼ ਕਰ ਰਹੇ ਹਨ ਕਬੀਰ ਖਾਨ ਅਤੇ ਫਿਲਮ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ 10 ਅਪ੍ਰੈਲ 2020 ਵਿੱਚ। ਸੋ ਇਹ ਸੀ ਐਮੀ ਵਿਰਕ ਦੀ ਬਾਲੀਵੁੱਡ ਵਿੱਚ ਐਂਟਰੀ। ਹੁਣ ਦੇਖਣਾ ਹੋਵੇਗਾ ਕਿ ਬਾਲੀਵੁੱਡ ਵਿੱਚ ਐਮੀ ਵਿਰਕ ਆਪਣੀ ਕਿੰਨੀ ਕੁ ਧਾਕ ਜਮਾਉਂਦੇ ਹਨ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।